ਮਾਂ ਨੇ ਹੀ ਕੀਤਾ ਆਪਣੇ ਬੱਚੇ ਦਾ ਕਤਲ, ਮਾਰ ਕੇ ਬੱਸ ਸਟੈਂਡ ਤੇ ਸੁੱਟੀ ਬੱਚੇ ਦੀ ਲਾਸ਼। 10 ਸਾਲ ਦਾ ਦੱਸਿਆ ਜਾ ਰਿਹਾ ਮਾਸੂਮ ਬੱਚਾ। ਦੁਬਈ ਜਾਣਾ ਚਾਹੁੰਦੀ ਸੀ ਬੱਚੇ ਦੀ ਮਾਂ। ਦੱਸਦੀਏ ਕਿ ਬੱਸ ਸਟੈਂਡ ਦੇ ਉੱਤੇ ਇੱਕ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀ। ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਲੈ ਕੇ ਇਸ ਦੀ ਤਹਿਕੀਕਾਤ ਸ਼ੁਰੂ ਕੀਤੀ, ਜਿਸ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਮਾਂ ਨੇ ਹੀ ਆਪਣੇ ਬੱਚੇ ਨੂੰ ਮਾਰ ਕੇ ਉਸਦੀ ਲਾਸ਼ ਬੱਸ ਸਟੈਂਡ ਤੇ ਸੁੱਟ ਦਿੱਤੀ। ਤੇ ਹਾਲਾਂਕਿ ਜਦੋਂ ਇਸ ਘਟਨਾ ਦੀ ਜਾਣਕਾਰੀ ਬੱਚੇ ਦੇ ਚਾਚੇ ਨੂੰ ਪਤਾ ਲੱਗੀ ਤਾਂ ਉਸਨੇ ਬੱਚੇ ਦੀ ਮਾਂ ਨੂੰ ਫੋਨ ਕਰਕੇ ਬੱਚੇ ਦੇ ਬਾਰੇ ਪੁੱਛਿਆ। ਪਹਿਲਾਂ ਤਾਂ ਜੋ ਬੱਚੇ ਦੀ ਮਾਂ ਉਸਨੂੰ ਕਹਿੰਦੀ ਹੈ ਕਿ ਜੋ ਬੱਚਾ ਹੈ ਉਹ ਆਪਣੇ ਨਾਨਕੇ ਗਿਆ, ਪਰ ਜਦੋਂ ਮੁੜ ਤੋਂ ਉਸਦੇ ਵੱਲੋਂ ਕਾਲ ਕੀਤੀ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਹਿੰਦੀ ਹੈ ਕਿ ਬੱਚਾ ਆਪਣੇ ਕਮਰੇ ਦੇ ਵਿੱਚ ਸੋ ਰਿਹਾ। ਹਾਲਾਂਕਿ ਜਦੋਂ ਚਾਚੇ ਨੂੰ ਇਹਨਾਂ ਗੱਲਾਂ ਦੇ ਉੱਪਰ ਸ਼ੱਕ ਹੁੰਦਾ ਹੈ ਤਾਂ ਉਹ ਜੋ ਬੱਚੇ ਦੀ ਦਾਦੀ ਹੈ ਉਸਨੂੰ ਬੱਚੇ ਦਾ ਪਤਾ ਲੈਣ ਦੇ ਲਈ ਭੇਜਦੀ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਦਾ ਖੁਲਾਸਾ ਹੁੰਦਾ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜੋ ਪੁਲਿਸ ਹੈ ਉਹ ਹਰਕਤ ਦੇ ਵਿੱਚ ਆਉਂਦੀ ਹੈ ਤੇ ਬੱਚੇ ਦੀ ਮਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ। ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਬੱਚੇ ਦੀ ਮਾਂ ਨੇ ਹੀ ਆਪਣੇ ਪੁੱਤ ਦਾ ਕਤਲ ਕੀਤਾ। ਕਿਹਾ ਜਾ ਰਿਹਾ ਕਿ ਮਾਂ ਦੁਬਈ ਜਾਣਾ ਚਾਹੁੰਦੀ ਸੀ ਤਾਂ ਅਜਿਹੇ ਦੇ ਵਿੱਚ ਉਸਦੀ ਕੇਅਰ ਕੌਣ ਕਰਦਾ, ਤਾਂ ਕਿਹਾ ਜਾ ਰਿਹਾ ਕਿ ਮਾਂ ਨੇ ਹੀ ਆਪਣੇ ਬੱਚੇ ਨੂੰ ਮਾਰ ਦਿੱਤਾ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਕੋਈ ਵੀ ਹਾਲੇ ਬਿਆਨ ਸਾਹਮਣੇ ਨਹੀਂ ਆਇਆ, ਪਰ ਕਿਹਾ ਜਾ ਰਿਹਾ ਕਿ ਪੁਲਿਸ ਜਲਦੀ ਇਸ ਮਾਮਲੇ ਦੇ ਬਾਰੇ ਦੇ ਵਿੱਚ ਪੁਸ਼ਟੀ ਕਰ ਸਕਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਇਹ ਮਾਨਸਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਮਾਂ ਨੇ ਹੀ ਆਪਣੇ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਹੁਣ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਪਰ ਦੇਖਣਾ ਹੋਵੇਗਾ ਕਿ ਆਖਰ ਇਸ ਪੂਰੀ ਵਾਰਦਾਤ ਦੇ ਵਿੱਚ ਉਸ ਮਾਂ ਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਸੀ। ਭਾਈ ਕੀ ਨਾਮ ਹੈ? ਅਮਨਦੀਪ ਸਿੰਘ ਜੀ। ਕੀ ਲੱਗਦਾ ਤੁਸੀਂ ਬੱਚੇ ਦੇ? ਚਾਚਾ ਜੀ ਮੈਂ। ਕੀ ਨਾਮ ਸੀ ਬੱਚੇ ਦਾ? ਅਗਮਜੋਤ ਸਿੰਘ ਜੀ। ਕਿੰਨੀ ਉਮਰ ਸੀ ਉਹਦੀ? 8 ਸਾਲ ਦੀ ਸੀ। ਕੀ ਲੱਗਦਾ ਕੱਲ ਪਰਸੋਂ ਦਾ ਉਹ ਬੱਚਾ ਬਿਆ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿਵੇਂ ਪਹੁੰਚਿਆ ਅੱਜ? ਮੈਂ ਜੀ ਦਿੱਲੀ ਜਾ ਰਿਹਾ ਸੀ ਮਾਲ ਲੈਣ, ਮੇਰੀ ਦੁਕਾਨ ਦੀ ਦੁਕਾਨ ਆ, ਮੇਲਾ ਲਾਉਣਾ ਮੈਂ, ਤੇ ਉੱਥੇ ਦਿੱਲੀ ਦਿੱਲੀ ਜਾ ਕੇ ਮੈਂ ਰਾਹ ਚ ਮੈਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ। ਮੈਂ ਘਰੇ ਫੋਨ ਕਰਿਆ ਵੀ ਕਹਿੰਦੇ ਵੀ ਮਹਾ ਵੀ ਜੈਸਮੀਨ, ਉਹਦਾ ਨਾਂ ਸਾਡੇ ਜੈਸਮੀਨ ਰੱਖਿਆ ਹੋਇਆ ਮੇਰੇ ਭਰਜਾਈ ਦਾ, ਤੇ ਉਹ ਮਹਾ ਜੈਸਮੀਨ ਜੋਤ ਕਿੱਥੇ ਹੈਗਾ? ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ, ਕਹਿੰਦੀ ਮੇਰੇ ਨਾਨਕੇ ਆ, ਆਪਦੇ ਨਾਨਕੇ ਛੱਡਿਆ ਹੋਇਆ, ਕਹਿੰਦੀ ਮੈਂ ਪੇਕਿਆਂ ਕੋਲੇ ਆ। ਮਹਾ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ? ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਕਹਿੰਦੀ। ਤੇ ਉਦੋਂ ਬਾਅਦ ਮੈਂ ਫੇਰ ਕਾਲ ਕੱਟਤੀ, ਮੈਂ ਛੋਟੀ ਭੈਣ ਨੂੰ ਲਾਇਆ ਜਿਹੜੀ ਹੁਣ ਇੱਥੇ ਆਈ ਹੋਈ ਹੈ, ਤੇ ਮਹਾ ਵੀ ਉਹਨੇ ਮੈਨੂੰ ਫੇਰ ਫੋਨ ਕਰਿਆ ਬਾਈ, ਕਹਿੰਦੀ ਆਪਣਾ ਜੋਤ ਹੈ। ਮੈਂ ਫੇਰ ਫੋਨ ਲਾਇਆ, ਮਨ ਨਹੀਂ ਟਿਕਿਆ ਕਿ ਮੈਂ ਫਿਰ ਕਿਹਾ ਵੀ ਸੱਚੀ ਗੱਲ ਦੱਸ ਦੇ ਤੂੰ ਵੀ ਆਪਣਾ ਜੋਤ ਹੈ, ਤੂੰ ਮਹਾ ਸੱਚੀ ਗੱਲ ਕਿਉਂ ਨਹੀਂ ਦੱਸਦੀ? ਕਹਿੰਦੀ ਤੂੰ ਤਾਂ ਮੇਰੇ 'ਤੇ ਸ਼ੱਕ ਕਰਦਾ, ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ, ਕਹਿੰਦੀ। ਤੇ ਕਹਿੰਦੀ ਵੀ ਉਦੋਂ ਬਾਅਦ ਕਹਿੰਦੀ ਵੀ ਹਾਂ ਮੇਰੀ ਮੰਮੀ ਨੂੰ ਭੇਜਿਆ ਹੱਥ ਮੈਂ ਘਰੇ ਆਪਦੀ, ਮੇਰੀ ਮੰਮੀ ਅੱਡ ਅਸੀਂ ਅੱਡ ਰਹਿੰਦੇ ਹਾਂ, ਖੇਤ ਰਹਿੰਦੇ ਹਾਂ, ਉਹਨੇ ਘਰੇ ਭੇਜਿਆ। ਮੈਂ ਕਿਹਾ ਮੰਮੀ ਪਤਾ ਲੈ ਕੇ ਜਾ ਕੇ ਜਵਾਬ ਹੈਗਾ ਵੀ ਆਪਣਾ ਜਵਾਬ ਹੈਗਾ। ਤੇ ਜਦੋਂ ਮੰਮੀ ਇਹਨਾਂ ਦੇ ਘਰੇ ਆਈ ਤੇ ਮੰਮੀ ਨੇ ਇਹਨੇ ਜਵਾਬ ਦਿੱਤਾ, ਕਹਿੰਦੀ ਵੀ ਮੇਰੀ ਨਾਲ ਗੱਲ ਹੋ ਗਈ, ਕਹਿੰਦੀ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋ ਗਈ, ਉਹ ਤਾਂ ਠੀਕ ਠਾਕ ਆ, ਕਹਿੰਦੀ ਉਹੀ ਤੂੰ ਇਹਦਾ ਮੁੰਡਾ ਕੋਈ ਹੋਰ ਹੈਗਾ, ਇਹ ਗੱਲ ਗੱਲ ਹੋਈ ਹੈ। ਮਾਤਾ ਪਿਤਾ ਦਾ ਕੀ ਨਾਮ ਹੈ? ਇਹਦੇ ਪਿਓ ਦਾ ਨਾਂ ਹਰਦੀਪ ਸਿੰਘ ਹੈ ਜੀ, ਤੇ ਇਹਦੀ ਸਾਡੇ ਘਰ ਘਰੇ ਤਾਂ ਇਹਦਾ ਨਾਂ ਜੈਸਮੀਨ ਹੈ ਜੀ, ਉਹ ਇਹਦਾ ਨਾਂ ਪਤਾ ਨਹੀਂ ਸਾਨੂੰ ਕੀ ਹੈਗਾ, ਉਹਨੂੰ ਵੀਰਪਾਲ ਕਹਿੰਦੇ ਆ ਜੀ। ਸਾਡਾ ਪਿੰਡ ਤਲਵੱਡੀ ਸਾਬੋ ਹੈ ਜੀ, ਤੇ ਇਹਨਾਂ ਦਾ ਪਿੰਡ ਹਲੇ ਸਾਨੂੰ ਕੁਛ ਨਹੀਂ ਪਤਾ ਜੀ।
ਡੈਡ ਬੋਡੀ ਦਾ ਹਸਪਤਾਲ ਚ ਪਈ ਹੈ ਜੀ ਤੇ ਉਹ ਇਹਨਾਂ ਦੀ ਕਸਟਡੀ ਚ ਆ ਗਈ। ਉਹ ਰਾਤ ਮੈਂ ਬੁਲਾਈ ਸੀਗੀ ਨਾਲ ਵੀ ਮੈਂ ਤੂੰ ਇੱਥੇ ਆ ਕੇ ਗੱਲ ਕਰਨਾ। ਹਾਂ ਉਹ ਹੁਣ ਇਹਨਾਂ ਇੱਥੇ ਲੈ ਕੇ ਆਉਂਦੀ ਅਸੀਂ ਜੀ। ਹਾਂ ਕਿਹੜਾ ਸਾਡੇ ਕੋਲੇ ਆ ਉੱਥੇ ਬੁਲਾਈ ਆ ਉਹਨੂੰ ਪੁੱਛ ਗਿੱਛ ਕਰੀ ਜਾਂਦੇ ਆ ਜੀ ਹਲੇ। ਬਾਕੀ ਗੱਲ ਮੈਂ ਜੀ ਪਾਲਿਆ ਹੱਥੀ ਮੇਰੇ ਹੱਥ ਤਾਂ ਪਲਿਆ ਜੀ ਉਹ ਸਾਥੋਂ ਹੋ ਗਿਆ ਜੀ। ਆ 4 ਕੁ ਦਿਨ ਪਹਿਲਾਂ ਕੱਟ ਹੋਇਆ ਜੀ ਮੇਰੀ ਦੁਕਾਨ ਤੇ ਖੜ ਕੇ ਆਇਆ ਗਾ ਕੜਾ ਪਾਇਆ ਸਰਬਲੋ ਦਾ ਇੱਕ ਹੱਥ ਚ ਇੱਕ ਚ ਚਾਂਦੀ ਰੰਗਾ ਕੜਾ ਪਾਇਆ ਖੰਡੇ ਛਪੇ ਹੋਏ ਆ ਉਹਦੇ ਉੱਤੇ। ਮੰਗਦੇ ਇਨਸਾਫ਼ ਚਾਹੀਦਾ ਸਾਨੂੰ ਸਾਡਾ ਬੱਚਾ ਬੇਦਰਕ ਮੌਤ ਮਾਰਿਆ ਗਿਆ ਜੀ। ਸਾਨੂੰ ਇਹੀ ਚਾਹੀਦਾ ਵੀ ਇਹ ਇਕੱਲੀ ਨੀ ਗੀ ਕਈ ਜਾਣੇ ਆ। ਮੈਨੂੰ ਸ਼ੱਕ ਪੈ ਰਿਹਾ ਵੀ ਇਕੱਲੀ ਦਾ ਕੰਮ ਤਾਂ ਨੀ ਹੋ ਸਕਦਾ ਕਿਉਂਕਿ ਏਡੀ ਵੱਡੀ ਡੈਡ ਬੋਡੀ ਚੱਕ ਕੇ ਲਿਆਉਣੀ ਵੀ ਬਹੁਤ ਵੱਡੀ ਗੱਲ ਹੈ ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ। ਇਹ ਇਨਸਾਫ਼ ਚਾਹੀਦਾ ਜੀ ਇਸਦਾ ਦੋਨੇ ਹੱਥ ਬੇਨਤੀ ਹੈ। ਸਾਡਾ ਆਪਦਾ ਜਵਾਕ ਤਾਂ ਜੇਲ੍ਹ ਚ ਬੈਠਾ ਜੀ ਸਾਨੂੰ ਹੁਣ ਇਹ ਪਤਾ ਲੱਗ ਇਹ ਨੀ ਪਤਾ ਲੱਗ ਰਿਹਾ ਵੀ ਕਿਹਨੇ ਕਰਤਾ ਇਹ ਕੰਮ।